ਲੋ ਵੀ ਮਿੱਤਰੋ, ਕਿਵੇਂ ਸਾਰੇ? ਪਹਿਲਾਂ ਸਾਰਿਆਂ ਸਤਿ ਸ਼੍ਰੀ ਅਕਾਲ, ਹੋਪ ਕਰਦੇ ਸਾਰੇ ਠੀਕ ਹੋਵੋਗੇ। ਅੱਜ ਇੱਕ ਹੋਰ ਨਵਾਂ ਦਿਨ ਅਤੇ ਹੋਰਨੀ ਸ਼ੁਰੂਆਤ ਕਰਦੇ ਹਾਂ ਇਸ ਵਲੋਗ ਸਟਾਰਟ। ਲੋ ਵੀ ਮਿੱਤਰੋ, ਹੁਣ ਤੁਹਾਨੂੰ ਦਿਖਾ ਦਈਏ ਬਾਹਰ ਦਾ ਵਿਊ। ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ, ਜਰਾ ਚਿੜੀਆਂ ਬੈਠੀਆਂ ਅਤੇ ਆਪਣੇ ਹੱਥ 'ਚ ਹੈਗਾ ਚਾਹ ਦਾ ਕੱਪ ਸਵੇਰੇ ਸਵੇਰੇ। ਬਾਹਰ ਐਨ ਸੋਹਣਾ ਵਿਊ, ਪਿੰਡਾਂ ਦੇ ਨਜ਼ਾਰੇ ਨੇ। ਅਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਡੋਲੀ ਘੁਮਾਉਣ। ਆਹ ਚਾਹ ਦਾ ਕੱਪ ਖਤਮ ਕਰ ਲਈਏ ਪਹਿਲਾਂ ਆਪਾਂ, ਅਤੇ ਇਸ ਦੇ ਨਾਲ ਮਿੱਤਰ ਆਪਾਂ ਲੈ ਕੇ ਚੱਲਦੇ ਹਾਂ ਡੋਲੀ ਨੂੰ ਉੱਧਰਲੀ ਸਾਈਡ, ਨਾਲ ਆਪਾਂ ਵੀ ਥੋੜ੍ਹੀ ਸੈਰ ਕਰ ਆਵਾਂਗੇ। ਅਤੇ ਨਾਲ ਚਿੜੀਆਂ ਦੀ ਆਵਾਜ਼ ਸੁਣੋ, ਕਿੰਨੀ ਸੋਹਣੀ ਲੱਗਦੀ ਹੈ ਸਵੇਰੇ ਸਵੇਰੇ। ਡੋਲੀ ਅਤੇ ਇਸਦੇ ਨਾਲ ਹੀ ਮਿੱਤਰੋ, ਵੈਸੇ ਡੋਲੀ ਹਰ ਅੱਜ ਘੁੰਮ ਲੈਂਦੀ ਹੈ ਸਵੇਰੇ ਸਵੇਰੇ, ਤਾਂ ਵੈਸੇ ਅੱਜ ਸ਼ਹਿਰ ਘੁੰਮੀ ਨਹੀਂ, ਤਾਂ ਲੈ ਕੇ ਚੱਲਦੇ ਹਾਂ ਉੱਧਰਲੀ ਸਾਈਡ। ਚੱਲ ਤੁਹਾਨੂੰ ਦਿਖਾਉਂਦਾ ਮੈਂ। ਉਹ ਦੇਖੋ ਕਿੰਨੇ ਕੁੱਤੇ ਨੇ ਮੰਡਲੀ ਫਿਰਦੀ ਆ ਉੱਧਰ, ਪੂਰਾ ਟੋਲਾ ਫਿਰਦਾ। ਚਲੋ ਡੋਲੀ, ਛੇ ਸੱਤ ਕੁੱਤੇ ਫਿਰ ਰਹੇ ਨੇ ਅਤੇ ਇੱਧਰ ਆਪਣੀ ਡੋਲੀ। ਅਤੇ ਇਸਦੇ ਨਾਲ ਮਿੱਤਰ ਇੱਕ ਗੱਲ ਅਸੀਂ ਨਹੀਂ ਭੁੱਲੇ ਗਿਆ ਸੀ, ਆਪਾਂ ਵੀ ਆਪਾਂ ਰਿੰਗ ਦਾ ਸਮਾਨ ਕੱਲ੍ਹ ਲੈ ਆਏ, ਦਾਦਾ ਜੀ ਹੁਣ ਲਏ ਸੀ ਕੱਲ੍ਹ ਸਮਾਨ, ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਮਿਸਤਰੀ ਆਣਗੇ ਘਰੇ ਅਤੇ ਬਣਵਾਉਂਦੇ ਫਿਰ ਰਿੰਗ ਅੱਜ। ਡੋਲੀ ਇੱਧਰ ਬਾਹਰ ਆ ਕੇ ਘੁੰਮੇ ਵੀ ਨਹੀਂ, ਬਸ ਇਹਨੇ ਗੇੜਾ ਹੀ ਕਢਾਉਣਾ ਸੀ ਮੇਰਾ ਵੀ। ਚੱਲ ਅਤੇ ਆ ਰਿਹਾ ਮਿੱਤਰੋ ਰਿੰਗ ਦਾ ਸਮਾਨ, ਪੈਪ ਜਿਹੇ ਲਿਆ ਆਪਾਂ ਅਤੇ ਅੱਜ ਬਣਵਾ ਦੇਣੀ ਹੈ ਫਿਰ। ਵੈਸੇ ਦੋ ਦਿਨ ਤਾਂ ਲੱਗਣ ਜਾਣੇ ਬੈਲਟ ਹੋਣ 'ਚ, ਘੱਟ ਵੱਢ ਹੋਈ ਜਿਹੜੀ ਪਹਿਲਾਂ, ਅਤੇ ਬਣਵਾ ਦੇਣੀ ਹੈ ਫਿਰ ਆਪਾਂ ਹੁਣ। ਆਹ ਮਿੱਤਰ ਆਪਣੇ ਨਾਲ ਹੈਗਾ ਕਵਨ, ਹੋਰ ਵੀ ਕਵਨ ਵਿਚਾਰੇ ਦੀ ਸੱਟ ਲੱਗੀ, ਕਿਵੇਂ ਆ? ਠੀਕ ਆ ਹੁਣ? ਠੀਕ ਆ ਹੁਣ, ਚਲ ਵਧੀਆ ਫਿਰ ਤਾਂ। ਅਤੇ ਇਸਦੇ ਨਾਲ ਰੂਬਲ ਨੇ ਕੱਢ ਰੱਖਿਆ ਸਿਕੰਦਰ ਬਾਹਰ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਬਸ ਇੱਕ ਗੇੜਾ ਦਵਾਈ ਦੇ ਬਾਹਰ, ਅਤੇ ਉੱਧਰ ਬੈਠੇ ਤਰਲੋਕ। ਹੋਰ ਬਾਈ ਤਰਲੋਕ, ਵਧੀਆ ਹੈ? ਟਾਂਗਰ ਨਿਕਾਲ ਲਓ, ਕਿਉਂ ਨਿਕਾਲੋਗੇ? ਬੈਠੇ ਇਸ ਤੋਂ ਮਿੱਤਰੋ। ਅਤੇ ਫਿਰ ਲਓ ਵੀ ਮਿੱਤਰੋ, ਮਿਸਤਰੀ ਸਾਹਿਬ ਆ ਗਏ ਅਤੇ ਰਿੰਗ ਦਾ ਕੰਮ ਕਰਤਾ ਸ਼ੁਰੂ। ਇੱਧਰ ਬੈਠਾ ਰੂਬਲ ਅਤੇ ਵੈਲਡ ਕਰਨ ਲੱਗ ਰਹੇ ਨੇ ਹੁਣ। ਪਹਿਲਾਂ ਪੀਸ ਕੱਟੇ ਸੀ ਇਹਨਾਂ ਨੇ, ਜਿਹੜਾ ਬਰੀਕ ਪੈਪ ਆ ਉਹਦੇ ਪੀਸ ਕੱਟੇ ਆ, ਫਿਰ ਜਿਹੜਾ ਮੋਟਾ ਪੈਪ ਆ ਐਵੇਂ ਜੋੜ ਰਹੇ ਨੇ ਇਹਨਾਂ ਨੂੰ, ਪੂਰੇ ਜੋੜ ਲਾ ਰਹੇ ਨੇ ਵਧੀਆ, ਹਾਲੇ ਤੱਕ ਕੱਚੇ ਜੋੜ ਲਾ ਰਹੇ ਹਾਂ, ਬਾਕੀ ਉਹ ਉੱਥੇ ਜਾ ਕੇ ਲੱਗਣਗੇ ਜਿੱਥੇ ਆਪਾਂ ਨੇ ਰਿੰਗ ਬਣਾਉਣੀ ਆ। ਉਹ ਵੀ ਤੁਹਾਨੂੰ ਦਿਖਾਉਂਦੇ ਜਗ੍ਹਾ ਕਿੱਥੇ ਰਿੰਗ ਬਣੇਗੀ। ਅਤੇ ਇਸ ਦੇ ਨਾਲ ਬਾਕੀ ਤੁਸੀਂ ਦੇਖੋ ਵਿਊ ਬੜਾ ਘੈਂਟ ਆ, ਅਤੇ ਆਹ ਇੱਕ ਫਰੇਮ ਬਸ ਹੁਣ ਬਣਨ ਵਾਲਾ ਹੀ ਆ,
ਅਤੇ ਮਿਸਤਰੀ ਸਾਹਿਬ ਨੇ ਦਿਖਾਉਂਦੇ ਹੁਣ ਫਰੇਮ ਖੜ੍ਹਾ ਕਰਕੇ ਫਰੇਮ ਨੂੰ, ਤਾਂ ਦੇਖੋ ਮਿੱਤਰ ਕੁਛ ਐਵੇਂ ਦਾ ਬਣ ਜਾਂਦਾ ਫਰੇਮ। ਹਾਂ ਬਥੇਰੀ ਉੱਚੀ ਆ, ਲੋ ਵੀ ਮਿੱਤਰੋ ਸ਼ਾਮ ਦਾ ਹੋ ਗਿਆ ਟਾਈਮ, ਅਤੇ ਅੱਜ ਸਾਰਾ ਦਿਨ ਮਿਸਤਰੀ ਲੱਗ ਰਹੇ ਸੀ ਆਪਣੇ ਉਹ ਬਣਾਉਣ ਵਾਸਤੇ ਰਿੰਗ, ਅਤੇ 10 ਫਰੇਮ ਤਾਂ ਤਿਆਰ ਹੋ ਗਏ, ਅਤੇ 11ਵਾਂ ਹੋ ਜਾਂਦਾ ਪਰ ਇੱਕ ਪੈਪ ਘੱਟ ਗਿਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਦੇਖੋ ਫਿਰ ਅਤੇ ਆਹ ਸਮਾਨ ਚੱਕ ਕੇ ਅੰਦਰ ਧਰਤਾ, ਆਹ ਫਰੇਮ ਬਣੇ ਐਵੇਂ, ਅਤੇ ਉੱਧਰ ਆਪਣਾ ਟਰੈਕਟਰ ਖੜ੍ਹਿਆ। ਲਓ ਜੀ ਮਿੱਤਰੋ ਕਿਵੇਂ ਸਾਰੇ, ਵੈਸੇ ਅੱਜ ਹੈਗਾ ਡੇ 2 ਰਿੰਗ ਬਣਾਉਣ ਦਾ, ਅਤੇ ਕੀ ਕਹਿੰਦੇ ਆ ਸਮਾਨ ਲੈ ਗਏ ਉੱਥੇ ਮਿਸਤਰੀ ਜਾ ਕੇ, ਅਤੇ ਕੱਲ੍ਹ ਇੱਥੇ ਕਰ ਰਹੇ ਸੀ ਵੈਲਡਿੰਗ, ਤੁਹਾਨੂੰ ਦਿਖਾਉਂਦਾ ਉਹ ਵੀ, ਅਤੇ ਕੱਲ੍ਹ ਇੱਥੇ ਬਾਹਰ ਬੈਠ ਕੇ ਸਾਰਾ ਕੁਛ ਵੈਲਡ ਕੀਤਾ, ਅਤੇ ਸਾਰਾ ਸਮਾਨ ਤਾਂ ਉੱਧਰ ਚੱਕ ਕੇ ਲੈ ਗਏ, ਥੋੜ੍ਹਾ ਸਮਾਨ ਬਚਿਆ ਪਿਆ ਉਹ ਥੋੜ੍ਹੇ ਅੰਦਰ ਪਿਆ, ਤੁਹਾਨੂੰ ਦਿਖਾਉਂਦੇ ਪੈਪ ਜੇ ਪਏ ਨੇ, 7-8 ਪੈਪ ਪਏ ਹੋਣੇ, ਅਤੇ ਹੋਰ ਸਾਰਾ ਸਮਾਨ ਚੱਕ ਕੇ ਲੈ ਗਏ ਬਾਹਰ, ਅਤੇ ਆਪਾਂ ਵੀਰੇ ਬੈਠ ਕੇ ਧੁੱਪ ਸੇਕ ਰਹੇ ਸੀ, ਅਤੇ ਹੁਣ ਲੈ ਕੇ ਚੱਲਦੇ ਉਹਨਾਂ ਵਾਸਤੇ ਚਾਹ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕੀ ਅੱਜ ਕੰਪਲੀਟ ਕਰ ਲਿਆ। ਉੱਥੇ ਵੈਸੇ ਲਾਈਟ ਦਾ ਪ੍ਰਬੰਧ ਤਾਂ ਹੋਣਾ ਨਹੀਂ ਸੀ, ਤਾਂ ਆਪਾਂ ਜਰਨੇਟਰ ਲੈ ਗਏ ਸੀ, ਅਤੇ ਪਹਿਲਾਂ ਡੀਜ਼ਲ ਲੈ ਕੇ ਆਏ ਫਿਰ ਹੁਣ ਉਹ ਚਲਾਉਂਦੇ ਹਾਂ ਉੱਥੇ ਆ ਕੇ। ਤਾਂ ਫਿਰ ਲਓ ਵੀ ਮਿੱਤਰੋ ਚਾਹ ਆਪਣੇ ਚੱਕ ਲਈ ਆ ਰਹੀ, ਅਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਰਿੰਗ ਵਾਲੇ ਮਿਸਤਰ ਨੂੰ ਪਿਲਾਉਂਦੇ ਹਾਂ ਚਾਹ, ਅਤੇ ਦਿਖਾਉਂਦੇ ਹਾਂ ਹੋਰ ਤੁਹਾਨੂੰ ਫਿਰ। ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਰਿੰਗ 'ਚ, ਅਤੇ ਆ ਰਹੇ ਆਪਣੇ ਫਰੇਮ ਜਿਹੜੇ ਬਣਾਏ ਹੋਏ ਆ ਰਿੰਗ ਦੇ, ਅਤੇ ਨੀਚੇ ਇਹਨਾਂ ਦੇ ਪੈਪਾਂ ਦੀ ਸਪੋਰਟ ਲਾ ਰਹੀ ਥੋੜ੍ਹੀ ਥੋੜ੍ਹੀ, ਅਤੇ ਬਾਕੀ ਬਚੇ ਕੁਛ ਪੈਪ ਆ ਪਏ ਨੇ, ਅਤੇ ਇੱਧਰ ਬੈਠੇ ਰੂਬਲ ਦੇ ਉੱਧਰ ਮਿਸਤਰੀ ਸਾਹਿਬ ਚਾਹ ਪੀ ਰਹੇ ਨੇ, ਅਤੇ ਕੁਛ ਐਵੇਂ ਬਣਾਵਾਂਗੇ ਆਪਾਂ ਰਿੰਗ, ਅਤੇ ਐਵੇਂ ਫਰੇਮ ਲਾਵਾਂਗੇ। ਅਤੇ ਆਹ ਮਿੱਤਰੋ ਆਪਣੀ ਸਾਰੀ ਜਗ੍ਹਾ ਜਿੱਥੇ ਆਪਣੇ ਬਣਾਉਣੀ ਆ ਰਿੰਗ, ਪਹਿਲਾਂ ਤਾਂ ਉੱਧਰਲੀ ਸਾਈਡ ਸੀ, ਅਤੇ ਆ ਜਿਹੜੇ ਕੁੱਪੀ ਪਈ ਆ ਆਪਾਂ ਸਾਰੀ ਚੱਕ ਦੇਣੀ ਆ, ਸਾਰਾ ਸਮਾਨ ਜੋ ਵੀ ਆ, ਅਤੇ ਉਰੇ ਆਪਾਂ ਨੇ ਮਿੱਟੀ ਵੀ ਘਿਰਾ ਦੇਣੀ ਆ। ਪਹਿਲਾਂ ਆਪਣੇ ਰਿੰਗ ਇੱਧਰ ਸੀ, ਅਤੇ ਹੁਣ ਆਪਾਂ ਇੱਧਰ ਬਣਾ ਰਹੇ ਹਾਂ, ਪਹਿਲਾਂ ਰਿੰਗ ਵੀ ਛੋਟੀ ਸੀ, ਇੱਥੇ ਹੁਣ ਰਿੰਗ ਵੀ ਆਪਣੀ ਜ਼ਿਆਦਾ ਵੱਡੀ ਬਣੇਗੀ। ਅਤੇ ਦੇਖੋ ਘਾਹ ਵੀ ਦੇਖੋ ਕਿੰਨਾ ਘੈਂਟ ਹੋ ਰਿਹਾ ਉਰੇ ਘੋੜੀਆਂ ਚੁਕਾਉਣ ਵਾਸਤੇ, ਅਤੇ ਬਾਕੀ ਆ ਰਿੰਗ ਪੂਰੀ ਵਧੀਆ ਬਣ ਜਾਏਗੀ ਉਰੇ, ਐਨ ਖੁੱਲ੍ਹੀ ਡੁੱਲੀ ਜੇ ਚ ਐਨ ਘੋੜੇ ਭੱਜ ਸਕਣ, ਐਨ ਵਧੀਆ ਚੰਗੀ ਤਰ੍ਹਾਂ, ਅਤੇ ਫਰੇਮ ਐਵੇਂ ਲਾਣਗੇ ਕੁਛ, ਅਤੇ ਦੇਖੋ ਬਾਕੀ ਅੱਗੇ ਕੀ ਬਣਦਾ। ਲਓ ਵੀ ਮਿੱਤਰੋ ਆਪਣੇ ਵੱਲ ਤੁਹਾਨੂੰ ਦੱਸਤਾ ਵੀ ਕਿਵੇਂ ਕਿਵੇਂ ਬਣਾਉਣੀ ਆ ਰਿੰਗ, ਅਤੇ ਹੁਣ ਕੰਮ ਕਰਾਉਂਦੇ ਹਾਂ ਸ਼ੁਰੂ। ਅਤੇ ਉੱਧਰ ਖੜ੍ਹਾ ਰੂਬਲ ਅਤੇ ਮਿਸਤਰੀ ਹੋਣੇ, ਮਿਸਤਰੀ ਸਾਹਿਬ ਹੋਣੇ, ਅਤੇ ਰੈਡੀ ਭਰ ਕੇ ਲਿਆਏ ਇੱਟਾਂ ਦੀ, ਐਵੇਂ ਲੱਗਣਗੀਆਂ ਇੱਟਾਂ ਨੀਚੇ, ਫਿਰ ਉੱਪਰ ਇਹਦੇ ਬਾਜਰੀ ਵੱਜਣੀ ਆ, ਉਨਾ ਉੱਚਾ ਹੋ ਗਿਆ ਆਹ ਸਾਰਾ, ਮਤਲਬ ਮੇਰੇ ਤੋਂ ਵੀ ਉੱਚਾ, ਰੂਬਲ ਦਾ ਵੀ ਉੱਚਾ। ਅਤੇ ਜਰਨੇਟਰ ਹੁਣ ਸਟਾਰਟ ਕਰਦੇ ਹਾਂ, ਅਤੇ ਨਾਲ ਨਾਲ ਤੁਹਾਨੂੰ ਦਿਖਾਈ ਜਾਂਦੇ ਹਾਂ ਕਿਹੜਾ ਕੰਮ ਕੰਪਲੀਟ ਹੋ ਰਿਹਾ, ਕਿਹੜਾ ਰਹਿੰਦਾ ਹਾਲ। ਅੱਜ ਵੈਸੇ ਡੇ 2 ਆ, ਅੱਜ ਵੀ ਨਹੀਂ ਲੱਗਦਾ ਸ਼ਾਇਦ ਮੁਸ਼ਕਿਲ ਹੀ ਹੋਏਗੀ ਰਿੰਗ ਪੂਰੀ, ਕੱਲ੍ਹ ਤੱਕ ਸ਼ਾਇਦ ਪੂਰੀ ਹੋ ਸਕੇ, ਉਮੀਦ ਤਾਂ ਹੈਗੀ ਆ। ਪੈਪਾਂ ਦੀ ਮਿਹਨਤੀ ਹੋ ਰਹੀ ਆ, ਤਾਂ ਉੱਧਰ ਫਿਰ ਹੁਣ ਕੰਮ ਕਰਦੇ ਹਾਂ ਸ਼ੁਰੂ ਆਪਾਂ, ਅਤੇ ਥੋੜ੍ਹੀ ਬਹੁਤ ਆਪਣੀ ਸਪੋਰਟ ਹੋਈ ਉਹਨਾਂ ਨੂੰ, ਅਤੇ ਕਰਾਉਂਦੇ ਫਿਰ ਕੰਮ ਸ਼ੁਰੂ। ਚੱਲ ਵੀਰੂ ਬੋਲੇ ਚਲਾ ਫਿਰ ਜਰਨੇਟਰ, ਕੋਈ ਚੱਕਰ ਨਹੀਂ। ਉਹ ਦੇਖੋ ਮਿੱਤਰ ਕੀ ਕਹਿੰਦੇ ਰੂਲ ਹੈ, ਚੱਲ 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 ਮਾਰਦਾ ਹੈਂਡਲ।
ਲੈ ਵੀ ਕਰਦਾ ਸਟਾਰਟ ਰੂਲੇ ਆ ਤੇ ਉਰੇ ਬਿਲਡਿੰਗ ਹੋਏਗੀ ਆ ਇਹਨਾਂ ਦੀ ਅਟੈਂਡੈਂਸ ਨੂੰ ਬਿਲਡਿੰਗ ਕਰਾਉਂਦੇ ਹਾਂ ਅਤੇ ਤੁਹਾਨੂੰ ਰਿਪੋਰਟ ਨਾਲ ਦੀ ਨਾਲ ਆਪਾਂ ਦੇਈ ਆਵਾਂਗੇ ਕੀ ਹੋ ਰਿਹਾ ਕੀ ਨਹੀਂ ਅਤੇ ਉੱਧਰੋਂ ਨਹੀਂ ਕੱਢ ਲਏ ਹੁਣ ਐਕਟਿੰਗ ਦੇਖੋ ਨਹੀਂ ਮਿਸਤਰੀ ਵੀ ਪੂਰੇ ਲੱਗ ਰਹੇ ਹਾਂ ਲਗਨ ਨਾਲ ਵੀ ਛੇਤੀ ਕੰਮ ਨਿਬੇੜੀ ਹੈ ਇੱਕ ਤਾਂ ਲੈਵਲ ਕਰਨਾ ਬੜਾ ਔਖਾ ਪਰ ਇਹਦੇ ਉੱਪਰ ਹੀ ਆਪਣੇ ਬਦਲੀ ਪਾ ਦੇਣੀ ਆ ਇੱਟਾਂ ਦੇ ਉੱਪਰ ਹੀ ਪਰ ਜਿਵੇਂ ਪੱਕਾ ਜਗਾੜ ਬਣ ਜਾਵੇਗਾ ਪਹਿਲਾਂ ਸਲਾਹ ਕੁਛ ਹੋਰ ਸੀ ਪਹਿਲਾਂ ਮੈਨੂੰ ਤਾਂ ਐਵੇਂ ਲੱਗਦਾ ਸੀ ਵੀ ਖੱਡਾ ਪੱਟ ਕੇ ਨਹੀਂ ਚਿੱਟਾਂ ਕਰਾਂਗੇ ਫਿਰ ਉੱਪਰ ਆਪਾਂ ਬਜਰੀ ਪਾ ਦੇਵਾਂਗੇ ਪਰ ਐਵੇਂ ਨਹੀਂ ਕਰਨਾ ਆਈਟਾਂ ਦੇ ਉੱਪਰ ਹੀ ਬਜਰੀ ਪਾ ਦੇਣੀ ਆ ਇਸ ਕਰਕੇ ਉੱਚਾ ਹੋਏਗਾ ਨਾ 5.5 ਫੁੱਟ ਜਿਹੜਾ ਲੈਵਲ ਇਹਦਾ ਹੈਗੀ ਉੱਪਰ ਨੂੰ ਫਿਰ ਹੁਣ ਆਹ 6 ਫੁੱਟ ਤੋਂ ਹਾਂ 6 ਫੁੱਟ ਹੋ ਜਾਵੇਗਾ ਅਤੇ ਇਸ ਦੇ ਨਾਲ ਮਿੱਤਰੋ ਆਪਣੇ ਪੁਰਾਣੇ ਪੈਪ ਸੀ ਇਹਨਾਂ ਦਾ ਆਪਣੇ ਦੇ ਉਹ ਬਣਾ ਦਿੱਤੇ ਸਟੈਂਡ ਬਣਾ ਦੇ ਆਹ ਹੁਣ ਆਰਾਮ ਨਾਲ ਖੜ੍ਹ ਜਾਂਦੇ ਹਾਂ ਆਹ ਖੜ੍ਹਾ ਰੱਖਣੇ ਜਿਵੇਂ ਆਹ ਦੇਖੋ ਇਹ ਮਤਲਬ ਵਧੀਆ ਕੰਮ ਕਰਾਤਾ ਅਤੇ ਉੱਧਰ ਐਵੇਂ ਬਿਲਡਿੰਗ ਹੋਏਗੀ ਜਿਵੇਂ ਲੱਗ ਰਹੇ ਨੇ ਐਂਗਲ ਦੇ ਵਿੱਚ ਇੱਕ ਪੈਪ ਲੱਗੇਗਾ 3-3 ਪੈਪ ਲੱਗਣਗੇ ਮਤਲਬ ਕਿ ਜਿਵੇਂ ਆਹ 3 ਲੱਗ ਰਹੇ ਨੇ ਨਾ 3-3 ਰੂਟ ਲੱਗਣਗੇ ਲੋ ਵੀ ਮਿੱਤਰੋ ਪਹਿਲਾਂ ਤਾਂ ਆਪਾਂ ਰਿੰਗ 'ਚ ਸੀ ਫਿਰ ਆਪਾਂ ਆ ਗਏ ਸੀ ਘਰ ਅਤੇ ਹੁਣ ਆਪਣੇ ਗੱਡੇ ਸੀ ਬੀਰੂ ਬਾਹਰ ਸ਼ੋਰਟ ਵੈਸੇ 1-2 ਲਾ ਦਾਂਗਾ ਮੈਂ ਜੇ ਦੇਖਣਾ ਹੋਇਆ ਅਤੇ ਉੱਧਰ ਆਪਾਂ ਲੈ ਕੇ ਚੱਲਦੇ ਹਾਂ ਹੁਣ ਗਨਾਸੀ ਚਾਹ ਦੇਖੋ ਮਿੱਤਰੋ ਆਪਣੇ ਬੀਰੂ ਕੱਢਿਆ ਬਾਹਰ ਤਰਲੋਕ ਨੇ ਅੱਗੋਂ ਫੜੇ ਹੋਏ ਸੀ ਅਤੇ ਪਿੱਛੋਂ ਫਾਦਰ ਸਾਹਿਬ ਨੇ ਫੜੇ ਹੋਏ ਸੀ ਜਿਹੜੇ ਲਗਾਮ ਦੇ ਰੱਸੇ ਨੇ ਅਤੇ ਦੇਖੋ ਫਿਰ ਮਿੱਤਰੋ ਬੀਰੂ ਨੂੰ ਗੱਡੇ 'ਚ ਕੱਟਣੇ ਆ ਅਤੇ ਥੋੜ੍ਹਾ ਕਬਾੜ ਜਿਹਾ ਕੱਟਣਾ ਮਤਲਬ ਕਿ ਵੱਢਣਾ ਉੱਥੇ ਨੂੰ ਅਤੇ ਲੈ ਕੇ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਫਿਰ ਤੁਹਾਨੂੰ ਉੱਥੇ ਲੋ ਵੀ ਮਿੱਤਰੋ ਉਹਨਾਂ ਨੇ ਆਪਣੇ ਫਿਰ ਘਰ ਭੇਜ ਤਾ ਜੀ ਇੱਕ ਤਾਂ ਪੱਤੀ ਵੀ ਦੇਣੀ ਸੀ ਉਹਨਾਂ ਨੂੰ ਇੱਕ ਆਪਣੇ ਵੱਡਾ ਗੇਟ ਰੱਖਿਆ ਜਿਵੇਂ ਜੇ ਮਿੱਟੀ ਮੁੱਟੀ ਕਢਵਾਉਂਦੇ ਹਾਂ ਟਿੱਪਰ ਤੋਂ ਤਾਂ ਉਸ ਕਰਕੇ ਵੀ ਟਿੱਪਰ ਆਰਾਮ ਨਾਲ ਅੰਦਰ ਵਗ ਜਾ ਰਿੰਗ ਦੇ ਅਤੇ ਹੁਣ ਆਪਾਂ ਲੈ ਕੇ ਜਾ ਰਹੇ ਹਾਂ ਚਾਹ ਉਹਨਾਂ ਵਾਸਤੇ ਅਤੇ ਹੁਣ ਚਾਹ ਦਿੰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਉੱਥੇ ਦਾ ਮਾਹੌਲ ਕਿੱਥੇ ਤੱਕ ਪਹੁੰਚੀ ਗੱਲਬਾਤ ਲੋ ਵੀ ਮਿੱਤਰੋ ਰਿੰਗ 'ਚ ਆਪਾਂ ਪਹੁੰਚ ਗਏ ਅਤੇ ਇੱਧਰ ਰੂਬਲ ਕਰ ਰਿਹਾ ਹਾਲ ਸਫਾਈ ਜੀ ਅਤੇ ਇੱਧਰ ਆਪਣੇ ਸਾਰੇ ਸਫਾਈ ਕਰਨੀ ਆ ਅਤੇ ਬਾਕੀ ਤਾਂ ਮਿੱਟੀ ਪੈ ਕੇ ਸਾਰਾ ਜਿਹੜਾ ਘਾਸ ਫੂਸ ਆ ਹੋਰ ਸਾਰਾ ਕੁਛ ਆ ਦੱਬ ਜਾਏਗਾ ਨੀਚੇ ਜਿਹੜਾ ਹੋਰ ਕਬਾੜ ਆ ਮਿੱਟੀ ਪਾ ਕੇ ਅਤੇ ਉੱਧਰ ਆਪਣੀ ਪੁਰਾਣੀ ਰਿੰਗ ਸੀ ਜਿਵੇਂ ਪਹਿਲਾਂ ਦੱਸਿਆ ਅਤੇ ਉੱਧਰ ਪੈਣੇ ਸਾਰੇ ਸਕੰਜੇ ਜਿਹੜੇ ਬਣਾਏ ਨੇ ਐਂਗਲ ਅਤੇ ਆਹ ਛੋਟਾ ਗੇਟ ਆ ਅਤੇ ਉੱਧਰ ਸਾਡਾ ਆਪਾਂ ਵੱਡਾ ਗੇਟ ਰੱਖਾਂਗੇ ਅਤੇ ਆਹ ਪਈਆਂ ਸਾਰੀ ਇੱਟਾਂ ਜਿਹੜੀਆਂ ਆਪਾਂ ਲਿਆ ਰੇੜੀਆਂ ਭਰ ਭਰ ਕੇ ਲਿਆ ਰਹੇ ਹਾਂ ਅਤੇ ਬਾਕੀ ਦੇਖਦੇ ਹਾਂ ਆਪਣੀ ਰਿੰਗ ਕਦੋਂ ਤੱਕ ਤਿਆਰ ਹੋ ਜਾਏਗੀ ਅਤੇ ਜਿਹੜੀ ਆ ਉਰੇ ਅਤੇ ਜਿਹੜੀ ਆ ਤੂੜੀ ਪਈ ਆ ਖਰਾਬ ਆਪਾਂ ਨੇ ਉਹ ਵੀ ਚੱਕ ਦੇਣੀ ਆ ਅਤੇ ਬਾਕੀ ਹੁਣ ਦੱਸੋ ਆਪਣੀ ਰਿੰਗ ਕਿਵੇਂ ਦੀ ਬਣੇਗੀ ਪਿਛਲੀ ਵਾਰ ਨਾਲੋਂ ਅਤੇ ਮਿਸਤਰੀ ਸਾਹਿਬ ਹੋਣੀਆਂ ਛੋਟੀ ਛੋਟੀ ਪੱਤੀਆਂ ਹੀ ਕੱਟ ਰਹੇ ਨੇ ਕਿਉਂਕਿ ਜਿਹੜੇ ਵੱਡੇ ਐਂਗਲ ਆਏ ਨੇ ਆਪਾਂ ਨੇ ਸਪੋਟਾਂ ਵਾਸਤੇ ਉਹਨਾਂ ਉੱਪਰ ਛੋਟੀ ਛੋਟੀ ਮੋਰੀਆਂ ਨੇ ਨਾ ਉੱਥੇ ਲੱਗ ਜਾਣਗੇ
ਤਾਂ ਕਿ ਮੀਂਹ ਮੂੰਹ ਦਾ ਪਾਣੀ ਨਾ ਪਏ। ਉਹ ਵੀ ਮਿੱਤਰੋ ਆਪਣੇ ਜਿਹੜਾ ਗੇਟ ਸੀ ਇੱਥੇ ਆਪਣੇ ਕਰਕੇ ਸਫਾਈ ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਮਿੱਤਰੋ ਉਰੇ ਕਾਫੀ ਉਹ ਸੀ ਬੂਟੇ ਜੇ, ਡੰਡੇ ਡੁੰਡੇ ਬਹੁਤ ਸੀ ਉਰੇ, ਪੇਡੇ ਜਿਹੇ ਬਹੁਤ ਉਰੇ ਸੀ ਕਬਾੜ ਜਿਹਾ, ਅਤੇ ਮੈਂ ਅਤੇ ਰੂਬਲ ਨੇ ਸਾਰਾ ਕੱਢਦਾ, ਥੋੜ੍ਹੇ ਰੂਬਲ ਝੱਟ ਲਾਉਂਦੇ ਸੀ, ਥੋੜ੍ਹੇ ਝੱਟ ਮੈਂ ਲਾਉਂਦਾ ਸੀ, ਅਤੇ ਉਹ ਪਿਆ ਸਾਰਾ ਕਬਾੜ ਬਾਹਰ ਨੀਚੇ, ਉਹ ਕੱਢਦਾ ਆਪਣੇ ਸਾਰੇ ਬਾਹਰ। ਅਤੇ ਵਿਚਕਾਰ ਇੱਥੇ ਕਿ ਜੰਡ ਦਾ ਦਰਖਤ ਸੀ, ਵੈਸੇ ਹੁਣ ਤਾਂ ਸੁੱਕ ਗਿਆ, ਆਪਾਂ ਕੱਟਦਾ ਆਪਾਂ ਨੇ ਕੱਟਦਾ ਸੀ, ਅਤੇ ਉਹਦੀ ਜੜ੍ਹ ਪਰ ਹੁਣ ਵੀ ਆ, ਪਰ ਉੱਥੇ ਆਪਾਂ ਨੇ ਥੋੜ੍ਹੀ ਜਿਹੀ ਮਿੱਟੀ ਪਾ ਦੀ, ਅਤੇ ਉਰੇ ਆਪਾਂ ਨੇ ਤਿੰਨ ਚਾਰ ਟਿੱਪਰ ਕਰਾ ਦੇਣੇ ਮਿੱਟੀ ਦੇ, ਥੋੜ੍ਹਾ ਜਿਹਾ ਉੱਚਾ ਹੋ ਜਾਏਗਾ, ਲੈਵਲ ਬਣ ਜਾਏਗਾ ਇਹਦਾ ਵਧੀਆ। ਅਤੇ ਮਿਸਤਰੀ ਗਏ ਹੋਣੇ ਘਰੇ, ਪੱਤੀਆਂ ਦੀ ਗਲੀਆਂ ਨਿਕਲ ਰਹੀ, ਪੱਤੀਆਂ ਦੀ ਗਲੀਆਂ ਨਿਕਲ ਰਹੀ ਸੈਂਸ ਕਰਕੇ। ਅਤੇ ਮਿੱਤਰੋ ਆ ਹੈਗਾ ਵੈਸੇ ਰਾਤ ਦਾ ਵਿਊ, ਰਾਤ ਨੂੰ ਵੀ ਮਤਲਬ ਸ਼ਾਮ ਦੇ 7-8 ਵੱਜ ਰਹੇ ਹੋਣੇ, ਚੱਲ ਰਿਹਾ ਕੰਮ ਪੂਰਾ ਜ਼ੋਰ ਸ਼ੋਰਾਂ ਦੇ। ਅਤੇ ਫਿਰ ਲਓ ਵੀ ਮਿੱਤਰੋ ਰਿੰਗ ਤਾਂ ਵੈਸੇ ਆਪਣੀ ਹਾਲੇ ਹੋਈ ਨਹੀਂ ਤਿਆਰ, ਅਤੇ ਆਪਾਂ ਆਵੜਾ ਵਲੋਗ ਕਰਦੇ ਆਪਾਂ ਇੱਥੇ ਐਂਡ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਹੋ ਸਕਿਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਕਰ ਹੀ ਦਿਓ। ਅਤੇ ਹੁਣ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ, ਅਤੇ ਉਦੋਂ ਤੱਕ ਲਈ ਬਾਏ ਬਾਏ।